ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਰੇਡੀਓ 35 ਚੈਨਲ ਪੰਜਾਬੀ ਤੇ ਮੈਂ ਹਾਂ ਵਸਦੀਪ ਸਿੰਘ ਕੰਵਲ। ਇਸ ਵਕਤ ਅਸੀਂ ਅੰਮ੍ਰਿਤਸਰ ਦੇ ਐਨਮ ਸਿਨੇਮੇ ਦੇ ਬੈਕ ਸਾਈਡ ਤੇ ਖਲੋਤੇ ਹਾਂ। ਇੱਥੇ ਜੋ ਹੈ ਇੱਕ ਬਹੁਤ ਵੱਡੀ ਇੱਕ ਚੋਰੀ ਹੋਈ ਹੈ, ਜਿਹਦਾ ਤੁਹਾਨੂੰ ਜੀ ਲਾਈਵ ਤਸਵੀਰ ਦਿਖਾਉਣਾ ਚਾਹਾਂਗੇ। ਇਹੋ ਹੀ ਘਰ ਹੈ ਜਿਹਦੇ ਵਿੱਚ ਜੋ ਹੈ ਇਸ ਵਕਤ ਜੋ ਹੈ ਚੋਰੀ ਹੋਈ ਹੈ। ਇਸ ਵਕਤ ਜੋ ਘਰ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਵੀ ਅਸੀਂ ਇੱਕ ਗੱਲਬਾਤ ਕਰਾਂਗੇ ਅਤੇ ਪੁਲਿਸ ਵੀ ਕਰਮਚਾਰੀ ਇੱਥੇ ਜੋ ਮੌਕੇ 'ਤੇ ਨੇ ਆ ਚੁੱਕੇ ਨੇ ਅਤੇ ਜੋ ਹੈ ਪੁਸ਼ਟੀ ਕਰ ਰਹੇ ਨੇ। ਤੁਹਾਨੂੰ ਦਿਖਾਉਣਾ ਚਾਹਾਂਗੇ ਇਹ ਜੋ ਜਿਹਨਾਂ ਦਾ ਇਹ ਘਰ ਹੈ, ਇੰਦਰਬੀਰ ਸਿੰਘ ਜੀ ਉਹ ਏਅਰਫੋਰਸ ਦੇ ਵਿੱਚ ਇੱਕ ਅਫਸਰ ਵੀ ਰਹਿ ਚੁੱਕੇ ਨੇ। ਇਹ ਉਹਨਾਂ ਦਾ ਹੀ ਘਰ ਹੈ, ਉਹਨਾਂ ਦਾ ਦੱਸਣਾ ਇਹ ਕਿ ਘਰ ਇਕੱਲੇ ਸਨ ਅਤੇ ਦੋ ਬੰਦੇ ਆਉਂਦੇ ਨੇ ਮੋਟਰਸਾਈਕਲ 'ਤੇ ਆ ਕੇ ਅੰਦਰੋਂ ਅਤੇ ਇੱਕ ਬਹੁਤ ਹੈਰਾਨੀ ਵਾਲੀ ਗੱਲ ਤੁਹਾਨੂੰ ਇੱਥੇ ਅਸੀਂ ਇੱਕ ਗਲੀ ਜੋ ਇੱਕ ਅੰਦਰ ਗਲੀ ਹੈ ਜੋ ਕਿ ਬਰਾਬਰ ਉੱਥੇ ਦਰਵਾਜ਼ਾ ਖੁੱਲ੍ਹਾ ਸੀਗਾ। ਜੇ ਦੇਖਿਆ ਜਾਵੇ ਤਾਂ ਕੋਈ ਭੇਤੀ ਹੀ ਬੰਦਾ ਹੋ ਸਕਦਾ, ਕਿਉਂਕਿ ਕਿਸੇ ਕੋਈ ਜੇ ਬਾਹਰੋਂ ਕੋਈ ਚੋਰ ਆਵੇ ਅਤੇ ਉਹਨੂੰ ਇਸ ਬਾਰੇ ਨਹੀਂ ਪਤਾ ਹੋਵੇਗਾ ਕਿ ਇੱਥੋਂ ਜੇ ਕੋਈ ਗਲੀ ਹੈ ਜਾਂ ਕਿੱਦਾਂ ਹੈ ਜਾਂ ਕੋਈ ਦਰਵਾਜ਼ਾ ਵੀ ਹੈ ਪਿੱਛੇ। ਪਹਿਲਾਂ ਤੁਹਾਨੂੰ ਇੱਥੇ ਇੱਕ ਗਲੀ ਦਿਖਾਉਣੀ ਚਾਹਾਂਗੇ। ਇਹ ਜੋ ਤੁਸੀਂ ਗਲੀ ਦੇਖ ਰਹੇ ਹੋ ਆਪਣੀ ਜੋ ਤੁਸੀਂ ਟੀ ਵੀ ਸਕਰੀਨ 'ਤੇ ਦੇਖ ਰਹੇ ਹੋ ਗਲੀ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਜੋ ਐਂਡ 'ਤੇ ਹੈ ਜੋ ਇਹ ਦਰਵਾਜ਼ਾ ਜਿੱਥੇ ਕਿ ਜਿੱਥੋਂ ਕਿ ਚੋਰ ਜੋ ਨੇ ਅੰਦਰ ਗਏ ਸੀਗੇ। ਪਰ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਕੋਈ ਭੇਤੀ ਹੀ ਬੰਦਾ ਹੋ ਸਕਦਾ ਹੈ, ਕਿਉਂਕਿ ਕਿਸੇ ਨੂੰ ਜੇ ਕੋਈ ਆਮ ਲੋਕ ਵੀ ਜੇ ਕੋਈ ਬਾਹਰੋਂ ਆਉਣ ਕੋਈ ਬਾਹਰ ਆਵੇ ਉਹ ਕੋਈ ਨਹੀਂ ਦੱਸ ਸਕਦਾ ਕਿ ਇੱਥੇ ਜੋ ਕੋਈ ਗਲੀ ਹੈ ਜਾਂ ਕੋਈ ਦਰਵਾਜ਼ਾ ਵੀ ਜਿਹੜਾ ਅੰਦਰ ਨੂੰ ਜਾਂਦਾ। ਅਤੇ ਇਸ ਦੇ ਚੱਲਦੇ ਹੀ ਦੋ ਜਣੇ ਜੋ ਅੰਦਰ ਜਾਂਦੇ ਆ ਅਤੇ ਉਹਨਾਂ ਨੂੰ ਹੈ ਜੋ ਹੱਥਾਂ ਨਾਲ ਬੰਨ੍ਹ ਕੇ ਅਤੇ ਉਹਨਾਂ ਨੂੰ ਜੋ ਹੈ ਕੁੱਟਮਾਰ ਵੀ ਕੀਤੀ ਜਾਂਦੀ ਹੈ। ਉਹਨਾਂ ਨਾਲ ਫਿਰ ਜਾ ਕੇ ਜੋ ਇਹਨਾਂ ਵੱਲੋਂ ਜੋ ਲੱਖਾਂ ਦੀ ਅਤੇ ਕੁਛ ਸੋਨੇ ਦੀ ਵੀ ਜੋ ਇਹਨਾਂ ਵੱਲੋਂ ਜੋ ਹੈ ਚੋਰੀ ਕੀਤੀ ਗਈ ਸੀ। ਪੁਲਿਸ ਕਰਮਚਾਰੀ ਵੀ ਮੌਜੂਦ ਨੇ, ਆਓ ਕਰ ਗੱਲਬਾਤ ਕਰਦੇ ਅਤੇ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ। ਪਿੱਛੋਂ ਦਰਵਾਜ਼ਾ ਖੁੱਲ੍ਹਾ ਹੁੰਦਾ, ਉਹਦੇ ਵਿੱਚੋਂ ਦੋ ਜਾਂ ਤਿੰਨ ਜਣੇ ਆਏ। ਮੈਂ ਐਕਚੁਲੀ ਪੁੱਠਾ ਲੇਟਿਆ ਹੋਇਆ ਸੀ, ਇਸ ਕਰਕੇ ਮੈਂ ਦੇਖ ਨਹੀਂ ਸਕਿਆ ਕੌਣ ਸੀ ਕੌਣ ਨਹੀਂ ਸੀਗਾ। ਇੱਕ ਨੇ ਮੇਰੇ ਪੈਰ ਬੰਨ੍ਹ ਤੇ ਅਤੇ ਇੱਕ ਮੇਰੇ ਪਿੱਠ 'ਤੇ ਚੜ੍ਹ ਕੇ ਬੈਠ ਗਿਆ, ਅਤੇ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਿਆ। ਗਲੇ ਤੋਂ ਚੌਂਕ ਕੀਤਾ, ਫਿਰ ਹੱਥ ਪਾਇਆ, ਮੈਂ ਟਰਾਈ ਕੀਤਾ ਵੀ ਬਟ ਉਹ ਦੋ ਜਣੇ ਸੀ ਨਾਲ, ਮੈਂ ਸੁੱਤਾ ਹੋਇਆ ਸੀ ਇਸ ਕਰਕੇ ਜ਼ਿਆਦਾ ਸਟਰਗਲ ਨਹੀਂ ਹੋ ਸਕੀ। ਫਿਰ ਮੈਨੂੰ ਆਹ ਬੰਨ੍ਹਤਾ, ਗਲਾ ਚੂਕ ਕਰਤਾ ਸਾਰੇ ਅਤੇ ਮੂੰਹ 'ਚ ਕੱਪੜਾ ਪੁੰਨਤਾ। ਕਿੰਨੀ ਕੁ ਲੁੱਟ ਹੋਈ ਹੈ ਟੋਟਲ, ਕੈਸ਼ ਕਿੰਨਾ ਸੀ, ਸੋਨਾ ਕਿੰਨਾ ਸੀ? 30-35 ਲੱਖ ਰੁਪਇਆ ਹੋਣਾ ਟੋਟਲ ਜਿਹੜੀ ਵੈਲਿਊ ਹੋਵੇ, ਬਾਕੀ ਦੇਖਾਂਗੇ ਤਾਂ ਫਿਰ ਪਤਾ ਲੱਗੇਗਾ। ਸਰ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਚੋਰ ਆਏ ਚੁੱਪ ਕਰਕੇ ਉਹਨਾਂ ਨੇ ਚਾਬੀ ਉਹ ਫੜੀ ਆ ਜਿਹਦਾ ਉਹਨਾਂ ਨੂੰ ਜਿਹੜੀ ਚਾਬੀ ਲਗਾਉਣੀ ਸੀ ਉਹਨਾਂ ਨੇ? ਦੋ ਚਾਬੀਆਂ ਟੰਗੀਆਂ ਹੋਈਆਂ ਸੀ, ਦੋਨੋਂ ਚਾਬੀਆਂ ਫੜੀਆਂ ਉੱਪਰ ਵਾਲੇ ਕਮਰੇ ਦੀ ਅਤੇ ਇੱਕ ਲੋਕਰ ਦੀ। ਕੋਈ ਕੰਮ ਕਿੱਥੇ ਨਹੀਂ ਗਏ, ਮੇਰਾ ਪਰਸ ਉੱਥੇ ਡਰੌਰ 'ਚ ਪਿਆ ਸੀ, ਉਹ ਵੀ ਹੱਥ ਨਹੀਂ ਲਾਇਆ। ਕੰਪਿਊਟਰ ਪਿਆ ਸੀ, ਫੋਨ ਪਿਆ ਸੀ, ਲੈਪਟੋਪ ਪਏ ਸੀ, ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ। ਸਰ ਤੁਹਾਨੂੰ ਲੱਗਦਾ ਭੇਤੀ ਹੋ ਸਕਦਾ ਕੋਈ? ਮੈਂ ਕਿਸੇ 'ਤੇ ਸ਼ੱਕ ਕਰਾਂ, ਸਰ ਪਤਾ ਲੱਗਾ ਕਾਹਦੇ 'ਤੇ ਕਾਰ 'ਤੇ ਆਇਆ ਸੀ, ਮੋਟਰਸਾਈਕਲ 'ਤੇ, ਇਹਦੇ ਬਾਰੇ ਕੋਈ ਜਾਣਕਾਰੀ? ਭਾਅ ਜੀ ਸੁੱਤਾ ਹੋਇਆ ਸੀ ਅੰਦਰ ਕਮਰਾ, ਕਮਰੇ 'ਚ ਕਾਰ ਪਤਾ ਨਹੀਂ ਕਿਸ ਤਰ੍ਹਾਂ ਕੋਈ ਆਇਆ ਸੀ। ਮੈਰਿਜ ਬੇਟੀ ਦੀ ਗੱਲ ਚੱਲਦੀ ਪਈ ਹੈ ਅਤੇ ਛੋਟੀ ਬੇਟੀ ਨੇ ਯੂ ਐਸ ਤੋਂ ਆਉਣਾ। ਡਿਟੇਲਸ ਹੈ, ਮੈਂ ਤੁਹਾਡਾ ਸ਼ੇਅਰ ਨਹੀਂ ਕਰ ਸਕਦਾ, ਇਟ ਵਿਲ ਹੈਂਪਰ ਆਵਰ ਇਨਵੈਸਟੀਗੇਸ਼ਨ, ਸੋ ਆਈ ਵਿਲ ਅਵੋਇਡ ਸ਼ੇਅਰਿੰਗ ਆਲ ਦੀਸ ਇਨਫੋਰਮੇਸ਼ਨ। ਨੁਕਸਾਨ ਕਿੰਨਾ ਕੁ ਹੋਇਆ ਜੀ? ਨੁਕਸਾਨ ਹਜੇ ਇਹਨਾਂ ਦੇ ਬਿਆਨ ਲਿਖਾਂਗੇ ਫਿਰ ਹੀ ਐਗਜੈਕਟਲੀ। ਪਰ ਮੈਂ ਦੱਸਾਂ ਕਿ ਚੋਰੀ ਕਿੰਨਾ, ਗੋਲਡ ਕਿੰਨਾ ਜਾਂ ਕੈਸ਼ ਕਿੰਨਾ ਗਿਆ? ਮੈਂ ਉਹੀ ਗੱਲ ਕਹਿ ਰਿਹਾ ਨਾ, ਆਪਰੇਸ਼ਨਲ ਡਿਟੇਲਸ ਜਾਂ ਕਿਸੇ ਦੀ ਪਰਸਨਲ ਡਿਟੇਲ ਆਈ ਵਿਲ ਨੋਟ ਬੀ ਏਬਲ ਟੂ ਸ਼ੇਅਰ ਵਿਦ ਯੂ, ਉਹਨਾਂ ਦੀ ਅੱਛੀ ਨਹੀਂ ਹੋਊਗੀ। ਨਹੀਂ, ਪਰਿਵਾਰ 'ਚ ਕਹਿੰਦੇ ਲੜਕੀ ਦਾ ਵਿਆਹ ਸੀ ਅਤੇ ਕਾਫੀ ਸਾਰਾ ਗਹਿਣਾ ਜਿਹੜਾ ਕਿ ਉਹ ਬਣਾਇਆ। ਮੈਂ ਤਾਂ ਕਹਿ ਹੀ ਨਹੀਂ ਰਿਹਾ, ਵਟ ਐਵਰ ਦੇ ਵਿਲ ਸੇ ਵੀ ਰਾਈਟ ਇਟ, ਕੁਛ ਨਹੀਂ ਹੈ। ਕੁੱਟਮਾਰ ਵੀ ਕੀਤੀ ਗਈ ਜਿਹੜੇ ਇੰਦਰਬੀਰ ਸਿੰਘ ਸਦਾਨਾ ਨੇ? ਹਾਂ, ਉਹਨਾਂ ਨੇ ਦੱਸਿਆ ਉਹਨਾਂ ਨੂੰ ਹੋਈ ਹੈ। ਅਤੇ ਫਿਲਹਾਲ ਤੁਸੀਂ ਹੁਣ ਕੀ ਕਰ ਰਹੇ ਹੋ? ਅਸੀਂ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਟੀਮਸ ਲਾਤੀਆਂ, ਵੀ ਆਰ ਹੋਪਫੁਲ ਕਿ ਵਨ ਔਰ ਟੂ ਡੇ ਵੀ ਵਿਲ ਟ੍ਰੇਸ ਇਟ ਆਊਟ। ਸਰ, ਇਸ ਕੋਠੀ ਵਿੱਚ ਸੀਸੀਟੀਵੀ ਹੈਗੇ ਲੱਗੇ? ਨਹੀਂ, ਫਿਰ ਉਹੀ ਓਪਰੇਸ਼ਨ ਡਿਟੇਲਸ ਕਿਉਂ ਪੁੱਛ? ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਕਿਸ ਤਰ੍ਹਾਂ ਇੱਕ ਚੋਰਾਂ ਨੇ ਜੋ ਇਸ ਜਿਹੜੀ ਇੱਕ ਚੋਰੀ ਨੂੰ ਹੈ ਅੰਜਾਮ ਦਿੱਤਾ ਹੈਗਾ। ਜਿੱਦਾਂ ਕਿ ਘਰ ਮੈਂਬਰਾਂ ਤੋਂ ਸੁਣਿਆ ਕਿ ਦੁਪਹਿਰ ਦਾ ਟਾਈਮ ਸੀਗਾ ਅਤੇ ਜਿਹੜੇ ਘਰ 'ਚ ਜਿਹੜੇ ਇੰਦਰਬੀਰ ਸਿੰਘ ਜੀ ਉਹ ਮੌਜੂਦ ਸਨ ਅਤੇ ਉਹ ਸੁੱਤੇ ਹੋਏ ਸਨ ਅਤੇ ਉਹ ਚੋਰ ਆਉਂਦੇ ਨੇ ਪਿੱਛੋਂ ਗਲੀ ਦੇ ਵਿੱਚ ਆਉਂਦੇ ਨੇ ਅਤੇ ਅੰਦਰ ਵੜ ਕੇ ਅਤੇ ਪਹਿਲਾਂ ਤਾਂ ਉਹਨਾਂ ਨੂੰ ਜੋ ਫੜਦੇ ਨੇ, ਉਹਨਾਂ ਨੂੰ ਬੰਨਿਆ ਜਾਂਦਾ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ। ਫਿਰ ਉਸ ਤੋਂ ਬਾਅਦ ਜੋ ਹੈ ਕਿ ਜਿਹੜੇ ਅਲਮਾਰੀ ਦੇ ਵਿੱਚ ਜੋ ਸਮਾਨ ਪਿਆ ਸੀਗਾ ਚਾਬੀਆਂ ਉਹਦੇ ਨਾਲ ਖੋਲ੍ਹ ਕੇ ਅਤੇ ਫਿਰ ਇਹਦੇ ਵਿੱਚੋਂ ਜੋ ਹੈ ਕੈਸ਼ ਅਤੇ ਸੋਨੇ ਨੂੰ ਹੈ ਜੋ ਕੱਢਿਆ ਜਾਂਦਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਹ ਜੋ ਕੋਈ ਬੰਦਾ ਹੈ ਜੋ ਭੇਤੀ ਹੀ ਲੱਗਦਾ ਹੈ, ਕਿਉਂਕਿ ਜਿਸ ਨੂੰ ਲੱਗਦਾ ਜਿਸ ਨੂੰ ਪਤਾ ਹੋਏਗਾ ਕਿ ਅੰਦਰ ਜੋ ਹੈ ਕਿ ਜੋ ਇੱਕ ਗਲੀ ਜਾਂਦੀ ਹੈ ਜਿਸਦੇ ਵਿੱਚ ਅੰਦਰ ਕਮਰੇ ਨੂੰ ਰਾਹ ਜਾਂਦਾ,
वैसे देखने वाली गल हैगी है कि जेडे वो कहना उन्हों का कहना है कि थोड़े ही दिन है जो कि एक इन्होंने बेटी ने बाहरों आना सी अते एक बेटी का जो है विआह सीगा अते उसके चलते ही जो इन्हां मतलब जो है कि सोना अते कैश है जो घर रखा गया पर इस गल नूं जो है एक किसी नॉर्मल बंदे नूं है जो इसका बिल्कुल नहीं पता हो सकता एक कोई भेती है जिसनों क्योंकि दरवाजे का भी पता सीगा कि ये कमरे में दरवाजा लगता अते यह भी पता सीगा इन्हां कोल किन्ना कैश पिया ते किन्ना सोना पिया उसके चलते जो है चोरों वालों जो है इसनों अंजाम दिता गया पुलिस कर्मचारियों वालों भी गल की कि पुलिस कर्मचारियों वालों भी किया कि जो इन्वैसटीगेशन है जो चलती पई है ये चल रहे चोर नूं है बहुत जल्द ही फड़ लेने के पर कितने कितने जो परिवारिक मैंबर ने कितने ना कितने डिस्टर्ब अते थोड़े जे मतलब कि सहमे जे भी नज़र आ रहे हैं। डी5 चैनल पंजाबी वसीयत सिंह कवल अमृतसर। की हुंदी है जमाबंदी, किवें बनदी है वसीयत, जमीन जायदाद के हर मसले ते करांगे चर्चा। देखना ना भुलना साडा खास प्रोग्राम नायब तहसीलदार .com। डी5 चैनल पंजाबी हुणे सबसक्राइब करो, बैल आइकन ते क्लिक करो।